ਸਟ੍ਰੀਮ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਆਪਣੇ ਦਰਸ਼ਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਰਸਾਤ ਦੇ ਮੌਸਮ ਦੇ ਵਿੱਚ ਰੁੱਖ ਲਗਾਉਣ ਦੀ ਅਪੀਲ ਹੈ ਤੇ ਕੁਝ ਵੀਡੀਓ ਸਾਡੇ ਕੋਲ ਪਹੁੰਚੀਆਂ ਨੇ ਉਹ ਤੁਹਾਨੂੰ ਦਿਖਾਉਂਦੇ ਹਾਂ। ਗੁਰਵਿੰਦਰ ਤੇ ਰਾਜਿੰਦਰ ਸਿੰਘ ਨੇ ਹਿਮਾਚਲ ਤੋਂ ਸਾਨੂੰ ਵੀਡੀਓ ਭੇਜੀ ਹੈ। ਹਰਬੰਸ ਸਿੰਘ ਸਕੱਤਰ ਨੇ ਰੈੱਡ ਕ੍ਰਾਸ ਸੁਸਾਇਟੀ ਦੇ ਮੋਹਾਲੀ ਤੋਂ ਉਹਨਾਂ ਨੇ ਵੀ ਸਾਡੇ ਕੋਲ ਵੀਡੀਓ ਭੇਜੀ ਹੈ। ਇਹ ਤਸਵੀਰਾਂ ਇੱਕ ਇੱਕ ਕਰਕੇ ਜਿਹੜੇ ਸਾਡੇ ਦਰਸ਼ਕਾਂ ਦੇ ਵੱਲੋਂ ਭੇਜੀਆਂ ਗਈਆਂ ਨੇ। ਉੱਥੇ ਹਰਵਿੰਦਰਪਾਲ ਸਿੰਘ ਮੋਹਾਲੀ ਤੋਂ, ਐਡਵੋਕੇਟ JPS ਗਰੇਵਾਲ ਰੋਪੜ ਤੋਂ, ਮਨਰਾਜਪ੍ਰੀਤ ਸਿੰਘ ਅਤੇ ਮਨਤੇਜਪ੍ਰੀਤ ਸਿੰਘ ਸੰਬਰਾਲਾ ਤੋਂ ਜਿਨ੍ਹਾਂ ਨੇ ਵੀਡੀਓ ਭੇਜੀ, ਮਨਸੀਰਤ ਕੌਰ ਅੰਮ੍ਰਿਤਸਰ ਤੋਂ ਅਤੇ ਗੁਰਬਚਨ ਸਿੰਘ ASI ਨੇ ਕਪੂਰਥਲਾ ਦੇ ਵਿੱਚ, ਉਹਨਾਂ ਦੇ ਵੱਲੋਂ ਵੀ ਰੁੱਖ ਲਗਾਉਂਦੇ ਹੋਏ ਵੀਡੀਓ ਭੇਜੀ ਗਈ ਹੈ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇਸ ਮੁਹਿੰਮ ਦੇ ਨਾਲ ਜੁੜਨ ਦੇ ਲਈ। ਹਰ ਇੱਕ ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ, ਹਰ ਇੱਕ ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ, ਹਰ ਘਰ 'ਚ ਇੱਕ ਬੂਟਾ ਲਾਉਣ ਨਾਲ ਫਰਕ ਤਾਂ ਪੈਂਦਾ ਹੈ। ਅਸੀਂ ਇਹ ਬੂਟੇ ਲਾਉਣੇ ਰੋਪੜ 'ਚ ਸ਼ੁਰੂ ਕਰੀਏ ਤਾਂ ਕਿ 9 ਲੱਖ ਬੂਟਾ ਲਾਉਣ ਦਾ ਟੀਚਾ ਮਾਨਯੋਗ ਡਿਪਟੀ ਕਮਿਸ਼ਨਰ ਦਾ ਰੋਪੜ 'ਚ ਪੂਰਾ ਕੀਤਾ ਜਾ ਸਕੇ। ਹਰ ਇੱਕ ਰੁੱਖ ਦੇ ਨਾਲ ਫਰਕ ਤਾਂ ਪੈਂਦਾ ਹੈ। ਪੌਦਾ ਜ਼ਰੂਰ ਲਗਾਓ, ਅਗਰ ਤੁਸੀਂ ਉਸ ਮੁਹਿੰਮ ਵਿੱਚ ਸ਼ਾਮਿਲ ਹੁੰਦੇ ਹੋ ਤਾਂ ਫਰਕ ਤਾਂ ਜ਼ਰੂਰ ਪੈਂਦਾ ਹੈ। ਜੀ ਬਿਲਕੁਲ, ਡੈਫੀਨੇਟਲੀ ਫਰਕ ਪੈਂਦਾ ਹੈ, ਕਿਉਂਕਿ ਜਦੋਂ ਛੋਟੀ ਛੋਟੀ ਕੋਸ਼ਿਸ਼ ਹੁੰਦੀ ਹੈ ਤਾਂ ਉਸਦਾ ਹੀ ਵੱਡੇ ਪੱਧਰ ਦੇ ਉੱਤੇ ਅਸਰ ਨਜ਼ਰ ਆਉਂਦਾ ਹੈ। ਮੌਨਸੂਨ ਦਾ ਮੌਸਮ ਹੈ ਅਤੇ ਜਾਣਕਾਰਾਂ ਦੇ ਮੁਤਾਬਿਕ ਬੂਟੇ ਲਗਾਉਣ ਦੇ ਲਈ ਬਰਸਾਤ ਦਾ ਮੌਸਮ ਸਭ ਤੋਂ ਬਿਹਤਰ ਹੁੰਦਾ ਹੈ। ਇਸ ਲਈ ਨਿਊਜ਼ 18 ਪੰਜਾਬ ਨੇ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਹੈ। ਹਰ ਇੱਕ ਰੁੱਖ ਦੇ ਨਾਲ ਫਰਕ ਤਾਂ ਪੈਂਦਾ ਹੈ। ਤੁਸੀਂ ਵੀ ਸਾਡੀ ਇਸ ਮੁਹਿੰਮ ਦੇ ਨਾਲ ਜੁੜੋ, ਰੁੱਖ ਲਗਾਉਂਦੇ ਹੋਏ ਵੀਡੀਓ ਬਣਾਓ ਅਤੇ ਸਕਰੀਨ ਦੇ ਉੱਤੇ ਆ ਰਹੇ ਵਟਸਐਪ ਨੰਬਰ ਦੇ ਉੱਤੇ ਸਾਨੂੰ ਭੇਜ ਦਿਓ। ਵੀਡੀਓ ਬਣਾਉਂਦੇ ਸਮੇਂ ਆਪਣੇ ਫੇਵਰੇਟ ਸ਼ੋਅ ਦੀ ਆਪਣੀ ਫੇਵਰੇਟ ਲਾਈਨ ਤੁਹਾਨੂੰ ਬੋਲਣੀ ਹੋਵੇਗੀ। ਹਰ ਇੱਕ ਰੁੱਖ ਦੇ ਨਾਲ ਫਰਕ ਤਾਂ ਪੈਂਦਾ ਹੈ। ਮੁਹਿੰਮ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਆਪਣੇ ਦਰਸ਼ਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਰਸਾਤ ਦੇ ਮੌਸਮ ਦੇ ਵਿੱਚ ਰੁੱਖ ਲਗਾਉਣ ਦੀ ਅਪੀਲ ਹੈ ਅਤੇ ਕੁਝ ਵੀਡੀਓ ਸਾਡੇ ਕੋਲ ਪਹੁੰਚੀਆਂ ਨੇ ਉਹ ਤੁਹਾਨੂੰ ਦਿਖਾਉਂਦੇ ਹਾਂ। ਗੁਰਵਿੰਦਰ ਤੇ ਰਾਜਿੰਦਰ ਸਿੰਘ ਨੇ ਹਿਮਾਚਲ ਤੋਂ ਸਾਨੂੰ ਵੀਡੀਓ ਭੇਜੀ ਹੈ। ਹਰਬੰਸ ਸਿੰਘ ਸਕੱਤਰ ਨੇ ਰੈੱਡ ਕ੍ਰਾਸ ਸੁਸਾਇਟੀ ਦੇ ਮੋਹਾਲੀ ਤੋਂ, ਉਹਨਾਂ ਨੇ ਵੀ ਸਾਡੇ ਕੋਲ ਵੀਡੀਓ ਭੇਜੀ ਹੈ। ਇਹ ਤਸਵੀਰਾਂ ਇੱਕ ਇੱਕ ਕਰਕੇ ਜਿਹੜੇ ਸਾਡੇ ਦਰਸ਼ਕਾਂ ਦੇ ਵੱਲੋਂ ਭੇਜੀਆਂ ਗਈਆਂ ਨੇ। ਉੱਥੇ ਹਰਵਿੰਦਰਪਾਲ ਸਿੰਘ ਮੋਹਾਲੀ ਤੋਂ, ਐਡਵੋਕੇਟ JPS ਗਰੇਵਾਲ ਰੋਪੜ ਤੋਂ, ਮਨਰਾਜਪ੍ਰੀਤ ਸਿੰਘ ਅਤੇ ਮਨਤੇਜਪ੍ਰੀਤ ਸਿੰਘ ਸੰਬਰਾਲਾ ਤੋਂ ਜਿਨ੍ਹਾਂ ਨੇ ਵੀਡੀਓ ਭੇਜੀ, ਮਨਸੀਰਤ ਕੌਰ ਅੰਮ੍ਰਿਤਸਰ ਤੋਂ ਅਤੇ ਗੁਰਬਚਨ ਸਿੰਘ ASI ਨੇ ਕਪੂਰਥਲਾ ਦੇ ਵਿੱਚ, ਉਹਨਾਂ ਦੇ ਵੱਲੋਂ ਵੀ ਰੁੱਖ ਲਗਾਉਂਦੇ ਹੋਏ ਵੀਡੀਓ ਭੇਜੀ ਗਈ ਹੈ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇਸ ਮੁਹਿੰਮ ਦੇ ਨਾਲ ਜੁੜਨ ਦੇ ਲਈ। ਹਰ ਇੱਕ ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ, ਹਰ ਇੱਕ ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ, ਹਰ ਘਰ 'ਚ ਇੱਕ ਬੂਟਾ ਲਾਉਣ ਨਾਲ ਫਰਕ ਤਾਂ ਪੈਂਦਾ ਹੈ। ਅਸੀਂ ਇਹ ਬੂਟੇ ਲਾਉਣੇ ਰੋਪੜ 'ਚ ਸ਼ੁਰੂ ਕਰੀਏ ਤਾਂ ਕਿ 9 ਲੱਖ ਬੂਟਾ ਲਾਉਣ ਦਾ ਟੀਚਾ ਮਾਨਯੋਗ ਡਿਪਟੀ ਕਮਿਸ਼ਨਰ ਦਾ ਰੋਪੜ 'ਚ ਪੂਰਾ ਕੀਤਾ ਜਾ ਸਕੇ। ਹਰ ਇੱਕ ਰੁੱਖ ਦੇ ਨਾਲ ਫਰਕ ਤਾਂ ਪੈਂਦਾ ਹੈ। ਪੌਦਾ ਜ਼ਰੂਰ ਲਗਾਓ, ਅਗਰ ਤੁਸੀਂ ਉਸ ਮੁਹਿੰਮ 'ਚ ਸ਼ਾਮਿਲ ਹੁੰਦੇ ਹੋ ਤਾਂ ਫਰਕ ਤਾਂ ਜ਼ਰੂਰ ਪੈਂਦਾ ਹੈ। ਜੀ ਬਿਲਕੁਲ, ਡੈਫੀਨੇਟਲੀ ਫਰਕ ਪੈਂਦਾ ਹੈ, ਕਿਉਂਕਿ ਜਦੋਂ ਛੋਟੀ ਛੋਟੀ ਕੋਸ਼ਿਸ਼ ਹੁੰਦੀ ਹੈ ਤਾਂ ਉਸਦਾ ਹੀ ਵੱਡੇ ਪੱਧਰ ਦੇ ਉੱਤੇ ਅਸਰ ਨਜ਼ਰ ਆਉਂਦਾ ਹੈ। ਮੌਨਸੂਨ ਦਾ ਮੌਸਮ ਹੈ ਅਤੇ ਜਾਣਕਾਰਾਂ ਦੇ ਮੁਤਾਬਿਕ ਬੂਟੇ ਲਗਾਉਣ ਦੇ ਲਈ ਬਰਸਾਤ ਦਾ ਮੌਸਮ ਸਭ ਤੋਂ ਬਿਹਤਰ ਹੁੰਦਾ ਹੈ। ਇਸ ਲਈ ਨਿਊਜ਼ 18 ਪੰਜਾਬ ਨੇ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਹੈ। ਹਰ ਇੱਕ ਰੁੱਖ ਦੇ ਨਾਲ ਫਰਕ ਤਾਂ ਪੈਂਦਾ ਹੈ। ਤੁਸੀਂ ਵੀ ਸਾਡੀ ਇਸ ਮੁਹਿੰਮ ਦੇ ਨਾਲ ਜੁੜੋ, ਰੁੱਖ ਲਗਾਉਂਦੇ ਹੋਏ ਵੀਡੀਓ ਬਣਾਓ ਅਤੇ ਸਕਰੀਨ ਦੇ ਉੱਤੇ ਆ ਰਹੇ ਵਟਸਐਪ ਨੰਬਰ ਦੇ ਉੱਤੇ ਸਾਨੂੰ ਭੇਜ ਦਿਓ। ਵੀਡੀਓ ਬਣਾਉਂਦੇ ਸਮੇਂ ਆਪਣੇ ਫੇਵਰੇਟ ਸ਼ੋਅ ਦੀ ਆਪਣੀ ਫੇਵਰੇਟ ਲਾਈਨ ਤੁਹਾਨੂੰ ਬੋਲਣੀ ਹੋਵੇਗੀ। ਹਰ ਇੱਕ ਰੁੱਖ ਦੇ ਨਾਲ ਫਰਕ ਤਾਂ ਪੈਂਦਾ ਹੈ।